ਸੋ ਦੇਖ ਸਕਦੇ ਹੋ ਕਿ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ, ਹਰ ਦੁਕਾਨ ਦੇ ਅੰਦਰ ਝਾਕ ਮਾਰੀ ਜਾ ਰਹੀ ਹੈ ਕਿ ਇੱਕ ਛੋਟਾ ਜਿੰਨਾ ਵੀ ਅਸੀਂ ਇਹ ਧਿਆਨ ਰੱਖੀਏ ਕਿ ਕਿਤੇ ਕੋਈ ਇਸ ਤਰ੍ਹਾਂ ਦੀ ਗੜਬੜ ਨਾ ਕੋਈ ਕਰ ਦੇਵੇ, ਕਿਉਂਕਿ ਸ਼ੈਤਾਨੀ ਅੰਸਰ ਹਰ ਜਗ੍ਹਾ ਦੇ ਉੱਤੇ ਨਜ਼ਰ ਆਉਂਦੇ ਨੇ। ਜਿਹੜੇ ਸ਼ੈਤਾਨੀ ਅੰਸਰ ਹੁੰਦੇ ਉਹਨਾਂ ਤੋਂ ਬਚਣ ਵਾਸਤੇ ਪੁਲਿਸ ਵੱਲੋਂ ਹਰ ਪੁਖਤਾ ਇੰਤਜ਼ਾਮ ਜਿਹੜਾ ਕੀਤਾ ਗਿਆ। ਧਮਕੀ ਤਾਂ ਆਈ ਹੈ, ਇਹ ਤਾਂ ਗੱਲ ਕਲੀਅਰ ਹੋ ਚੁੱਕੀ ਹੈ, ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੇ ਪੁਖਤਾ ਇੰਤਜ਼ਾਮ ਨੇ, ਜਾਂਚ ਲਗਾਤਾਰ ਕੀਤੀ ਜਾ ਰਹੀ। ਸਰ, ਕਿਸ ਵਿਸ਼ੇ ਉੱਤੇ ਜਾਂਚ ਕੀਤੀ? ਨਹੀਂ, ਵੈਸੇ 26 ਜਨਵਰੀ ਚੱਲ ਰਹੀ ਹੈ, ਉਹਦੇ ਕਰਕੇ ਸਾਰੇ ਹੀ ਲਗਾਤਾਰ ਏ ਸੀ, ਕੱਲ੍ਹ ਵੀ ਅੱਜ ਵੀ ਕੱਲ੍ਹ ਵੀ ਕਰਵਾਵਾਂਗੇ। ਕੀ ਜਿਹੜੀ ਆਈ ਫੋਨ ਕੀਤਾ, ਜਿਹੜਾ ਅੰਦਰ ਉਹਨਾਂ ਨੇ ਗੱਲ ਵੀ ਦੱਸੀ, ਜਿਹੜੇ ਰਿਸੈਪਸ਼ਨ ਦੇ ਉੱਤੇ ਫੋਨ ਆਇਆ ਵੀ ਕਿ ਲਕਸ਼ਮੀਕਾਂਤ ਚਾਵਲਾ ਅਤੇ ਅਰੁਣ ਜਿਹੜੇ ਹੈਗੇ ਉਹ ਇਸ ਤਰ੍ਹਾਂ ਗੋਲ ਕਰ ਲਓ, ਇਸ ਤਰ੍ਹਾਂ ਹੀ ਫੋਨ ਆਇਆ ਤਾਂ? ਨਹੀਂ ਜੀ, ਚੈੱਕ ਕਰ ਰਹੇ ਹਾਂ, ਕੋਈ ਨੌਨ ਨੰਬਰ ਤੋਂ ਕਾਲ ਹੈ, ਉਹ ਚੈੱਕ ਕਰ ਰਹੇ ਅਸੀਂ। ਫੋਨ ਆਇਆ ਵੈਸੇ? ਚੈੱਕ ਕਰ ਰਹੇ ਅਸੀਂ, ਕੀ ਗੱਲ ਹੈ? ਕਹਿਤਾ ਤੁਹਾਨੂੰ ਉਹਨਾਂ ਨੇ ਦੱਸ ਦਿੱਤਾ ਕਿ ਫੋਨ ਆਇਆ ਕਿ ਨਹੀਂ? ਸਾਨੂੰ ਅਸੀਂ ਪਤਾ ਕਰ ਰਹੇ ਉਹਨਾਂ ਕੋਲ ਕੀ ਗੱਲ ਹੈ ਉਹਨਾਂ ਦੀ। ਨਹੀਂ, ਫੋਨ ਆਇਆ ਜਾਂ ਨਹੀਂ ਉਹ ਦੱਸੋ। ਕੀ ਜਾਣਕਾਰੀ ਮਿਲੀ ਸਰ ਤੁਹਾਨੂੰ? ਦੱਸ ਰਹੇ ਕੋਈ ਫੋਨ ਆਇਆ, ਚੈੱਕ ਕਰ ਰਹੇ ਹਾਂ ਕੀ ਗੱਲ ਹੈ। ਹਾਂਜੀ, ਚੈੱਕ ਕਰਦੇ ਹਾਂ, ਪਤਾ ਕਰਦੇ ਹਾਂ ਜੀ, ਪਤਾ ਕਰ ਰਹੇ ਹਾਂ ਕੀ ਗੱਲ ਹੈ, ਪਤਾ ਕਰ ਲੈਂਦੇ ਹਾਂ। ਨਹੀਂ ਨਹੀਂ, ਕੋਈ ਖਤਰੇ ਨਹੀਂ, ਨਹੀਂ ਨਹੀਂ, ਕੋਈ ਖਤਰੇ ਦੀ ਗੱਲ ਨਹੀਂ। ਸ਼ੈਤਾਨੀ ਅੰਸਰ ਹੀ ਹੈ ਬਸ? ਨਹੀਂ ਨਹੀਂ, ਅਸੀਂ ਬਿਲਕੁਲ ਰੈਡੀ ਹਾਂ, ਫੋਰਸ ਸਾਡੀ ਲੱਗੀ ਹੋਈ ਆ ਰੈਡੀ। ਕਮਿਸ਼ਨਰ ਸਾਹਿਬ ਵੱਲੋਂ ਸਾਨੂੰ, ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਐਕਸਟਰਾ ਫੋਰਸ ਮਿਲੀ ਹੈ, ਉਹ ਸਾਰੇ ਅਸੀਂ ਕਰ ਰਹੇ ਹਾਂ। ਬਿਲਕੁਲ, ਇਹ ਅਧਿਕਾਰੀ ਨੇ ਜਿਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਖਾਸ ਜਿਹੜੀਆਂ ਤਿਆਰੀਆਂ ਜਿਹੜੀਆਂ ਸਾਫ ਤੌਰ ਦੇ ਉੱਤੇ ਨਜ਼ਰ ਆ ਰਹੀਆਂ ਨੇ, ਜਿੱਥੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉਹਦੀ ਵੀ ਅਸੀਂ ਲਗਾਤਾਰ ਹੁਣ ਜਾਂਚ ਕਰਦੇ ਪਏ ਹਾਂ। ਤਾਂ ਨਾਲ ਦੇ ਨਾਲ ਇਹ ਜਿਹੜਾ ਫੋਨ ਆਇਆ ਧਮਕੀ ਭਰਿਆ, ਇਹਦੇ ਉੱਤੇ ਵੀ ਪੁਲਿਸ ਜਾਂਚ ਕਰਦੀ ਪਈ ਆ, ਪੂਰੀ ਤਿੱਖੀ ਨਜ਼ਰ ਹੈ ਕਿ ਕੋਈ ਵੀ ਅਣਸੁਣੀ ਘਟਨਾ ਨਾ ਹੋਵੇ। ਹੋ ਸਕਦਾ ਹੈ ਕਿ ਕੋਈ ਸ਼ੈਤਾਨੀ ਅੰਸਰ ਹੋਏ, ਪਰ ਅਸੀਂ ਪੂਰਾ ਧਿਆਨ ਫਿਰ ਵੀ ਰੱਖਾਂਗੇ, ਹਰ ਆਏ ਗਏ ਦੇ ਉੱਤੇ ਨਜ਼ਰ ਰੱਖਾਂਗੇ। ਇਹ ਜਿਹੜਾ ਖਾਸ ਕਹਿ ਸਕਦੇ ਹਾਂ ਕਿ ਪੁਲਿਸ ਦਾ ਉਪਰਾਲਾ ਹੈ, ਇਹ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ। ਹਰ ਦੁਕਾਨ ਨੂੰ ਸਹੀ ਤਰੀਕੇ ਦੇ ਨਾਲ ਚੈੱਕ ਕੀਤਾ ਜਾ ਰਿਹਾ, ਆਸ ਪਾਸ ਜਿਹੜੇ ਲੋਕ ਆ ਰਹੇ ਨੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਯਾਨੀ ਕਿ ਕੋਈ ਇੱਕ ਰੱਤੀ ਭਰ ਵੀ ਰਿਸਕ ਨਹੀਂ ਲੈਣਾ ਚਾਹੁੰਦੀ ਪੁਲਿਸ, ਚਾਹੇ ਕਿਸੇ ਨੇ ਸ਼ਰਾਰਤ ਨਾਲ ਫੋਨ ਕੀਤਾ ਹੋਵੇ, ਪਰ ਰਿਸਕ ਕੋਈ ਨਹੀਂ ਲੈਣਾ ਚਾਹੁੰਦੀ, ਜਿਸ ਵਜ੍ਹਾ ਕਰਕੇ ਇਹ ਖਾਸ ਤਿਆਰੀ ਜਿਹੜੀ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਦੇ ਦੁਰਗਾਣਾ ਮੰਦਿਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਜਿੱਥੇ ਇੱਕ ਫੋਨ ਆਉਂਦਾ ਰਿਸੈਪਸ਼ਨ ਦੇ ਉੱਤੇ, ਧੱਕਿਆ ਜਾਂਦਾ ਕਿ ਲਕਸ਼ਮੀਕਾਂਤ ਚਾਵਲਾ ਅਤੇ ਅਰੁਣ ਸ਼ਰਮਾ ਜਿਹੜੇ ਨੇ ਆਪਣਾ ਬਿਸਤਰਾ ਗੋਲ ਕਰ ਲਓ। ਰਿਸੈਪਸ਼ਨ 'ਤੇ ਬੈਠੇ ਉਸ ਸ਼ਖਸ ਨੇ ਦੱਸਿਆ ਕਿ ਮੈਨੂੰ ਇੱਕ ਨਹੀਂ, ਮੈਨੂੰ 2 ਵਾਰੀ ਫੋਨ ਆਉਂਦੇ ਨੇ, ਜਿਸ ਤੋਂ ਬਾਅਦ ਪੂਰੀ ਮੈਨੇਜਮੈਂਟ ਨੂੰ ਦੱਸਿਆ ਜਾਂਦਾ, ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ, ਪੁਲਿਸ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਚੈਕਿੰਗ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਲਦ ਤੋਂ ਜਲਦ ਅਸੀਂ ਇਹ ਵੀ ਪਤਾ ਲਗਾਵਾਂਗੇ ਕਿ ਆਖਿਰਕਾਰ ਉਹਦੇ ਵਿੱਚ ਸੱਚ ਕਿੰਨਾ, ਅਤੇ ਜਿਹੜਾ ਅੱਜ ਫੋਨ ਆਇਆ ਉਹਦੇ ਵਿੱਚ ਵੀ ਸੱਚਾਈ ਪਤਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਸੋ ਦੇਖ ਸਕਦੇ ਹੋ ਕਿ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ, ਹਰ ਦੁਕਾਨ ਦੇ ਅੰਦਰ ਝਾਕ ਮਾਰੀ ਜਾ ਰਹੀ ਹੈ ਕਿ ਇੱਕ ਛੋਟਾ ਜਿੰਨਾ ਵੀ ਅਸੀਂ ਇਹ ਧਿਆਨ ਰੱਖੀਏ ਕਿ ਕਿਤੇ ਕੋਈ ਇਸ ਤਰ੍ਹਾਂ ਦੀ ਗੜਬੜ ਨਾ ਕੋਈ ਕਰ ਦੇਵੇ, ਕਿਉਂਕਿ ਸ਼ੈਤਾਨੀ ਅੰਸਰ ਹਰ ਜਗ੍ਹਾ ਦੇ ਉੱਤੇ ਨਜ਼ਰ ਆਉਂਦੇ ਨੇ। ਜਿਹੜੇ ਸ਼ੈਤਾਨੀ ਅੰਸਰ ਹੁੰਦੇ ਉਹਨਾਂ ਤੋਂ ਬਚਣ ਵਾਸਤੇ ਪੁਲਿਸ ਵੱਲੋਂ ਹਰ ਪੁਖਤਾ ਇੰਤਜ਼ਾਮ ਜਿਹੜਾ ਕੀਤਾ ਗਿਆ। ਧਮਕੀ ਤਾਂ ਆਈ ਹੈ, ਇਹ ਤਾਂ ਗੱਲ ਕਲੀਅਰ ਹੋ ਚੁੱਕੀ ਹੈ, ਪਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਪ੍ਰਸ਼ਾਸਨ ਦੇ ਪੁਖਤਾ ਇੰਤਜ਼ਾਮ ਨੇ, ਜਾਂਚ ਲਗਾਤਾਰ ਕੀਤੀ ਜਾ ਰਹੀ। ਸਰ, ਕਿਸ ਵਿਸ਼ੇ ਉੱਤੇ ਜਾਂਚ ਕੀਤੀ? ਨਹੀਂ, ਵੈਸੇ 26 ਜਨਵਰੀ ਚੱਲ ਰਹੀ ਹੈ, ਉਹਦੇ ਕਰਕੇ ਸਾਰੇ ਹੀ ਲਗਾਤਾਰ ਏ ਸੀ, ਕੱਲ੍ਹ ਵੀ ਅੱਜ ਵੀ ਕੱਲ੍ਹ ਵੀ ਕਰਵਾਵਾਂਗੇ। ਕੀ ਜਿਹੜੀ ਆਈ ਫੋਨ ਕੀਤਾ, ਜਿਹੜਾ ਅੰਦਰ ਉਹਨਾਂ ਨੇ ਗੱਲ ਵੀ ਦੱਸੀ, ਜਿਹੜੇ ਰਿਸੈਪਸ਼ਨ ਦੇ ਉੱਤੇ ਫੋਨ ਆਇਆ ਵੀ ਕਿ ਲਕਸ਼ਮੀਕਾਂਤ ਚਾਵਲਾ ਅਤੇ ਅਰੁਣ ਜਿਹੜੇ ਹੈਗੇ ਉਹ ਬਿਸਤਰਾ ਗੋਲ ਕਰ ਲਓ, ਇਸ ਤਰ੍ਹਾਂ ਹੀ ਫੋਨ ਆਇਆ ਤਾਂ? ਨਹੀਂ ਜੀ, ਚੈੱਕ ਕਰ ਰਹੇ ਹਾਂ, ਕੋਈ ਨੌਨ ਨੰਬਰ ਤੋਂ ਕਾਲ ਹੈ, ਉਹ ਚੈੱਕ ਕਰ ਰਹੇ ਅਸੀਂ। ਫੋਨ ਆਇਆ ਵੈਸੇ? ਚੈੱਕ ਕਰ ਰਹੇ ਅਸੀਂ, ਕੀ ਗੱਲ ਹੈ? ਕਹਿਤਾ ਤੁਹਾਨੂੰ ਉਹਨਾਂ ਨੇ ਦੱਸ ਦਿੱਤਾ ਕਿ ਫੋਨ ਆਇਆ ਕਿ ਨਹੀਂ? ਸਾਨੂੰ ਅਸੀਂ ਪਤਾ ਕਰ ਰਹੇ ਉਹਨਾਂ ਕੋਲ ਕੀ ਗੱਲ ਹੈ,
ਉਹਨਾਂ ਦੇ ਨਹੀਂ ਫੋਨ ਆਇਆ ਜਾਂ ਨਹੀਂ ਉਹਦੇ ਦੱਸੋ ਕੀ ਜਾਣਕਾਰੀ ਮਿਲੀ ਸਰ ਤਾਂ ਦੱਸ ਰਹੇ ਕੋ ਫੋਨ ਆਇਆ ਚੈੱਕ ਕਰ ਰਹੇ ਆ ਕੀ ਗੱਲ ਹੈ ਹਾਂਜੀ ਚੈੱਕ ਕਰਦੇ ਆ ਫੋਨ ਆਇਆ ਸੀ ਕਿ ਤੁਹਾਨੂੰ ਕੋਈ ਤੁਹਾਨੂੰ ਪਤਾ ਕਰਦੇ ਆ ਜੀ ਪਤਾ ਕਰ ਰਹੇ ਆ ਕੀ ਗੱਲ ਹੈ ਪਤਾ ਕਰ ਲੈਂਦੇ ਖਤਰੇ ਦੀ ਗੱਲ ਤੇ ਨਹੀਂ ਹੈ ਨਹੀਂ ਨਹੀਂ ਕੋਈ ਖਤਰੇ ਨਹੀਂ 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 ਕੋਈ ਖਤਰੇ ਦੀ ਗੱਲ ਨਹੀਂ ਕੋਈ ਸਟਾਲੀ ਅੰਸਰੀ ਆ ਬਸ ਨਹੀਂ ਨਹੀਂ ਅਸੀਂ ਬਿਲਕੁਲ ਰੈਡੀ ਆ ਫੋਰਸ ਸਾਡੀ ਲੱਗੀ ਹੋਈ ਆ ਰੈਡੀ ਕਮਿਸ਼ਨਰ ਸਾਹਿਬ ਵੱਲੋਂ ਸਾਨੂੰ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਐਕਸਟਰਾ ਫੋਰਸ ਮਿਲੀ ਆ ਉਹ ਸਾਰੇ ਅਸੀਂ ਕਰ ਰਹੇ ਹਾਂ ਬਿਲਕੁਲ ਇਹ ਅਧਿਕਾਰੀ ਨੇ ਜਿਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਤੁਸੀਂ ਦੇਖ ਸਕਦੇ ਹੋ ਕਿ ਖਾਸ ਜਿਹੜੀਆਂ ਤਿਆਰੀਆਂ ਜਿਹੜੀਆਂ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਹੀਆਂ ਨੇ ਜਿੱਥੇ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਉਹਦੀ ਵੀ ਅਸੀਂ ਲਗਾਤਾਰ ਹੁਣ ਜਾਂਚ ਕਰਦੇ ਪਏ ਹਾਂ ਤਾਂ ਨਾਲ ਦੇ ਨਾਲ ਇਹ ਜਿਹੜਾ ਫੋਨ ਆਇਆ ਧਮਕੀ ਭਰਿਆ ਇਹਦੇ ਉੱਤੇ ਵੀ ਪੁਲਿਸ ਜਾਂਚ ਕਰਦੀ ਪਈ ਆ ਪੂਰੀ ਤਿੱਖੀ ਨਜ਼ਰ ਹੈ ਕਿ ਕੋਈ ਵੀ ਅਣਸੁਣੀ ਘਟਨਾ ਨਾ ਹੋਵੇ ਹੋ ਸਕਦਾ ਹੈ ਕਿ ਕੋਈ ਸ਼ਤਾਨੀ ਅੰਸਰ ਹੋਏ ਪਰ ਅਸੀਂ ਪੂਰਾ ਧਿਆਨ ਫਿਰ ਵੀ ਰੱਖਾਂਗੇ ਹਰ ਆਏਗੇ ਦੇ ਉੱਤੇ ਨਜ਼ਰ ਰੱਖਾਂਗੇ ਇਹ ਜਿਹੜਾ ਖਾਸ ਕਹਿ ਸਕਦੇ ਕਿ ਪੁਲਿਸ ਦਾ ਉਪਰਾਲਾ ਹੈ ਇਹ ਸਾਫ਼ ਤੌਰ ਦੇ ਉੱਤੇ ਨਜ਼ਰ ਆ ਰਿਹਾ ਹਰ ਦੁਕਾਨ ਨੂੰ ਸਹੀ ਤਰੀਕੇ ਦੇ ਨਾਲ ਚੈੱਕ ਕੀਤਾ ਜਾ ਰਿਹਾ ਆਸ ਪਾਸ ਜਿਹੜੇ ਲੋਕ ਆ ਰਹੇ ਨੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਯਾਨੀ ਕਿ ਕੋਈ ਇੱਕ ਰੱਤੀ ਭਰ ਵੀ ਰਿਸਕ ਨਹੀਂ ਲੈਣਾ ਚਾਹੁੰਦੀ ਪੁਲਿਸ ਚਾਹੇ ਕਿਸੇ ਨੇ ਸ਼ਰਾਰਤ ਨਾਲ ਫੋਨ ਕੀਤਾ ਹੋਵੇ ਪਰ ਰਿਸਕ ਕੋਈ ਨਹੀਂ ਲੈਣਾ ਚਾਹੁੰਦੀ ਜਿਸ ਵਜ੍ਹਾ ਕਰਕੇ ਇਹ ਖਾਸ ਤਿਆਰੀ ਜਿਹੜੀ ਨਜ਼ਰ ਆ ਰਹੀ ਹੈ ਅੰਮ੍ਰਿਤਸਰ ਦੇ ਦੁਰਗਾਣਾ ਮੰਦਿਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿੱਥੇ ਇੱਕ ਫੋਨ ਆਉਂਦਾ ਰਿਸੈਪਸ਼ਨ ਦੇ ਉੱਤੇ ਤਾਂ ਕਿਹਾ ਜਾਂਦਾ ਕਿ ਲਕਸ਼ਮੀਕਾਂਤ ਚਾਵਲਾ ਅਤੇ ਅਰੁਣ ਸ਼ਰਮਾ ਜਿਹੜੇ ਨੇ ਆਪਣਾ ਬਿਸਤਰਾ ਗੋਲ ਕਰ ਲਓ ਰਿਸੈਪਸ਼ਨ 'ਤੇ ਬੈਠੇ ਉਸ ਸ਼ਖਸ ਨੇ ਦੱਸਿਆ ਕਿ ਮੈਨੂੰ ਇੱਕ ਨਹੀਂ ਮੈਨੂੰ ਦੋ ਵਾਰੀ ਫੋਨ ਆਉਂਦੇ ਨੇ ਜਿਸ ਤੋਂ ਬਾਅਦ ਪੂਰੀ ਮੈਨੇਜਮੈਂਟ ਨੂੰ ਦੱਸਿਆ ਜਾਂਦਾ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਪੁਲਿਸ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਚੈਕਿੰਗ ਦੀਆਂ ਤਿਆਰੀਆਂ ਕੀਤੀ ਜਾਂਦੀਆਂ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਲਦ ਤੋਂ ਜਲਦ ਅਸੀਂ ਇਹ ਵੀ ਪਤਾ ਲਗਾਵਾਂਗੇ ਕਿ ਆਖਿਰਕਾਰ ਉਹਦੇ ਵਿੱਚ ਸੱਚ ਕਿੰਨਾ ਅਤੇ ਜਿਹੜਾ ਅੱਜ ਫੋਨ ਆਇਆ ਉਹਦੇ ਵਿੱਚ ਵੀ ਸੱਚਾਈ ਪਤਾ ਕਰਨ ਦੀ ਕੋਸ਼ਿਸ਼ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।